ਰਜਿਸਟਰ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨ ਔਜਲਾ ਸ਼ਾਮਲ ਹੋ ਰਹੇ ਹਨ ਕਰਨ ਔਜਲਾ ਦੇ ਗੀਤ ਤੁਸੀਂ ਬਹੁਤ ਸੁਨੇ ਆ ਚਿੱਟਾ ਕੁਰਤਾ ਪਜਾਮਾ ਡੋਨਟ ਲੁੱਕ ਤੇ ਡੋਨਟ ਵਰੀ ਲੈਸਨ ਦੇ ਗੀਤ ਜਿਹੜੇ ਖਾਸ ਤੌਰ ਤੇ ਨੌਜਵਾਨ ਤਬਕੇ ਦੇ ਵਿੱਚ ਬੜੇ ਪਪੂਲਰ ਹੋਏ ਹੁਣ ਜ਼ਮਾਨਾ ਇਹ ਆ ਕਿ ਅੱਜ ਕੱਲ ਟੈਕਨੋਲੋਜੀ ਬਹੁਤ ਆ ਗਈ ਤੁਸੀਂ ਗੀਤ ਸੁਣ ਲਈ ਉਹਨੂੰ ਇੰਤਜ਼ਾਰ ਨਹੀਂ ਕਰਨੀ ਪੈਂਦੀ ਇਨਸਟੈਂਟਲੀ ਤੁਸੀਂ ਆਪਣੇ ਫੋਨ ਤੇ ਗੀਤ ਸੁਣ ਸਕਦੇ ਹੋ ਕਰਨ ਔਜਲੇ ਦੇ ਗੀਤਾਂ ਦੇ ਵਿੱਚ ਨਮੀਆਂ ਗੱਲਾਂ ਅੰਗਰੇਜ਼ੀ ਤੇ ਪੰਜਾਬੀ ਦਾ ਮਿਕਸ ਅਤੇ ਇਹਨਾਂ ਦੇ ਲਿਰਿਕਸ ਦੇ ਵਿੱਚ ਕਈ ਗੰਭੀਰ ਗੱਲਾਂ ਵੀ ਨੇ ਔਰ ਕਰਨ ਔਜਲੇ ਨੇ ਕਈ ਇਹੋ ਜਿਹੇ ਟੌਪਿਕਸ ਨੂੰ ਵੀ ਹੱਥ ਪਾਇਆ ਜਿਵੇਂ ਇਨਫिडੈਲਟੀ ਦਾ ਟੌਪਿਕ ਆ ਚਾਂਜਰਾ ਨਾਲ ਦੇ ਇੱਕ ਇਹੋ ਜਿਹੇ ਗੀਤ ਸੀ ਜਿਹੜਾ ਬਹੁਤ ਸੁਣਿਆ ਗਿਆ ਔਰ ਇਹ ਡਿਫਿਕਲਟ ਟੌਪਿਕ ਸੀ ਜਿਹੜਾ ਉਹਨਾਂ ਨੇ ਹੈਂਡਲ ਕੀਤਾ ਸੋ ਇੱਕ ਨੌਜਵਾਨ 24 ਸਾਲ ਦਾ ਮੁੰਡਾ ਇਥੋਂ ਸਾਡੇ ਲੋਅਰ ਮੇਨਲੈਂਡ ਦੇ ਰਹਿਣ ਵਾਲਾ ਕਿਸ ਤਰੀਕੇ ਨਾਲ ਪੰਜਾਬੀ 뮤직 ਇੰਡਸਟਰੀ ਜਿੱਥੇ ਕਾਫੀ ਰਸ਼ ਹੈ ਭੀੜ ਹੈ ਅੱਜਕੱਲ ਆਪਣਾ ਨਾਮ ਬਣਾਉਣਾ ਬਹੁਤ ਮੁਸ਼ਕਲ ਹੈ ਉਥੇ ਇਹਨਾਂ ਨੇ ਕਿਸ ਤਰੀਕੇ ਨਾਲ ਆਪਣੀ ਨਵੇਕਲੀ ਪਛਾਣ ਬਣਾਈ ਹੈ ਜਸਕਰਨ ਸਿੰਘ ਔਜਲਾ ਤੋਂ ਕਰਨ ਔਜਲਾ ਦਾ ਸਫ਼ਰ ਇਹਨਾਂ ਦਾ ਕਿਹੋ ਜਿਹਾ ਰਿਹਾ ਇਹਨਾਂ ਨੇ ਗੱਲਬਾਤ ਕਰਦੇ ਆ ਕਰਨ ਔਜਲਾ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਤਿਗੁਰ ਜੀ ਸਤਿਗੁਰ ਸਤਿਗੁਰ ਜੀ ਦੱਸੋ ਸਾਨੂੰ ਕਿਵੇਂ ਰਿਹਾ ਸਫ਼ਰ ਇਹ ਤੁਸੀਂ ਇਥੋਂ ਸਾਡੇ ਲੋਕਲ ਆਰਟਿਸਟ ਹੋ ਹਾਂਜੀ ਤੇ ਹੁਣ ਅੱਜ ਕੱਲ੍ਹ ਦੁਨੀਆ ਭਰ ਦੇ ਵਿੱਚ ਤੁਹਾਡੇ ਗੀਤ ਪ੍ਰਚਲਿਤ ਹੋ ਰਹੇ ਆ ਜੀ ਕਿਵੇਂ ਰਿਹਾ ਇਹ ਸਫ਼ਰ ਸਫ਼ਰ ਰ ਅਕਾ ਵੀ ਰ ਪਰ ਵਧੀਆ ਵੀ ਰਿਆ ਫਨ ਵੀ ਰਿਆ ਮੈਨੂੰ ਜਦਾਂ ਕਈ ਵਾਰ ਮੈਂ ਵੀ ਸੋਚਦਾ ਹੁੰਨਾ ਵੀ ਕਿੰਦਾ ਇੰਨਾ ਟਾਈਮ ਲੰਘ ਗਿਆ ਪਿਛਲੇ 9-10 ਸਾਲ ਮੈਨੂੰ ਵੀ ਪਤਾ ਹੀ ਨਹੀਂ ਲੱਗੇ ਜਦਾਂ 13-14 ਸਾਲਾਂ ਤੋਂ ਬਾਅਦ ਜਿੰਨੀ ਕਿ ਮੈਨੂੰ ਸੁਰਤ ਵੀ ਮੈਨੂੰ ਮੈਨੂੰ ਸੱਚੀ ਯਾਦ ਨਹੀਂ ਰਿਹਾ ਵੀ ਕਿੰਦਾ ਇੰਨਾ ਟਾਈਮ ਲੰਘ ਗਿਆ ਪਰ ਸਵਰ ਤੁਹਾਨੂੰ ਪਤਾ ਹੀ ਹੈ ਸਟਰਗਲ ਵੀ ਰਿਹਾ ਪਰ ਸਟਰਗਲ ਚ ਜਿਹੜਾ ਫਨ ਰਿਹਾ ਉਹ ਵੀ ਉਹ ਵੀ ਮੈਂ ਮਿਸ ਕਰਦਾ ਹਾਂ ਕਦੇ-ਕਦੇ ਕਿਉਂਕਿ ਮੈਨੂੰ ਇਹ ਲੱਗਦਾ ਵੀ ਜਦੋਂ ਕੁਝ ਬਣ ਕੇ ਉਹ ਚੀਜ਼ਾਂ ਬੰਦੇ ਨਾਲ ਨਹੀਂ ਹੁੰਦੀਆਂ ਜਿਹੜੀਆਂ ਸਟਰਗਲ ਪੀਰੀਅਡ ਚ ਹੁੰਦੀਆਂ ਨੇ ਤੇ ਉਹ ਚੀਜ਼ਾਂ ਦਾ ਵੱਖਰਾ ਹੀ ਸੁਆਦ ਹੁੰਦਾ ਮੇਰੇ ਸਾਬ ਨਾਲ ਸੋਹ ਉਹ ਹੀ ਚੀਜ਼ ਹੈ ਕੀ ਇਹ ਸਟਰਗਲ ਤੁਹਾਡੀ ਕ੍ਰੀਏਟਿਵਿਟੀ ਦਾ ਵੀ ਇੱਕ ਸਾਧਨ ਬਣਿਆ ਬਿਲਕੁਲ ਬਿਲਕੁਲ ਬਣਿਆ ਜੀ ਸਟਰਗਲ ਚਾਹੇ ਲਾਈਫ ਚ ਚਾਹੇ ਕੋਈ ਫੈਮਿਲੀ ਚ ਕੋਈ ਵੀ ਚੱਕਰ ਸੀਗਾ ਜਾਂ ਜਾਂ ਉਦਾਂ ਕੋਈ ਸਟਰਗਲ ਹੋਇਆ ਜਾਂ ਇੱਥੇ ਆਉਣਾ ਮੇਰਾ ਜਦੋਂ ਮੈਂ 16-17 ਸਾਲਾਂ ਦਾ ਸੀਗਾ ਆ ਕੇ ਕੁਝ ਪਤਾ ਨਹੀਂ ਸੀ ਵੀ ਕੀ ਕਰਨਾ ਕੀ ਨਹੀਂ ਉਹ ਉਹ ਚੀਜ਼ ਨੇ ਵੀ ਮੈਨੂੰ ਲਿਖਣ ਤੇ ਜਿਆਦਾ ਲਿਖਣ ਤੇ ਮਜਬੂਰ ਕੀਤਾ ਤੇ ਜਿਵੇਂ ਲਿਖਦਾ ਤਾਂ ਮੈਂ ਪਹਿਲਾਂ ਹੀ ਸੀਗਾ ਇੱਥੇ ਆਉਣ ਤੋਂ ਅੱਛਾ ਪਰ ਮੈਨੂੰ ਇੱਥੇ ਆ ਕੇ ਹੋ ਗਿਆ ਵੀ ਇਹ ਚੀਜ਼ ਨੂੰ ਮੈਂ ਆਪਣੀ ਹੌਬੀ ਵੀ ਬਣਾਣੀ ਹੈ ਤੇ ਇਸ ਚੀਜ਼ ਨੂੰ ਆਪਣਾ ਪੈਸ਼ਨ ਬਣਾਉਣਾ ਤੇ ਇਸ ਚੀਜ਼ ਨੂੰ ਆਪਣਾ ਬਿਜ਼ਨਸ ਵੀ ਬਣਾਉਣਾ ਸੋ ਮੈਨੂੰ ਇਦਾਂ ਸੀ ਵੀ ਮੈਂ ਕਿਤੇ ਹੋਰ ਕਿਉਂਕਿ ਮੇਰੇ ਇੱਕੋ ਦਿਮਾਗ 'ਚ ਗੱਲ ਪਾਈ ਗਈ ਸੀ ਇੱਥੇ ਆਉਣ ਤੋਂ ਪਹਿਲਾਂ ਵੀ ਉੱਥੇ ਜਾ ਕੇ ਕੰਮ ਕਰਨਾ ਪੈਣਾ ਹੈ। ਹੂੰ ਹੂੰ। ਸੋ ਮੈਨੂੰ ਇਦਾਂ ਹੀ ਸੀ ਵੀ ਮੈਂ ਯਾਰ ਕੰਮ ਨਹੀਂ ਕਰਨਾ ਕਿਸੇ ਥੱਲੇ ਵੀ ਜਾਂ ਤਾਂ ਲਿਖੂੰਗਾ ਜਾਂ ਆਪਦਾ ਕੁਝ ਕਰੂੰਗਾ ਜੇ ਹੋ ਸਕੇ ਸੋ ਉਹ ਚੀਜ਼ ਪੋਸਿਬਲ ਹੋਈ। ਪਹਿਲੇ ਮਹੀਨੇ ਕਿਵੇਂ ਰਹੇ ਜਦੋਂ ਇੱਕ 17 ਸਾਲ ਦਾ ਮੁੰਡਾ ਕੈਨੇਡਾ ਵਰਗੇ ਸ਼ਹਿਰ ਇੱਥੇ ਖਾਸ ਕਰਕੇ ਸਰੀ ਵੀ ਰਹੇ ਤੁਸੀਂ ਐਬਸਪੋਰਟ ਵੀ ਰਹੇ? ਹਾਂਜੀ। ਹੂੰ ਹੂੰ। ਅ ਪਹਿਲਾਂ ਮੈਂ ਸਭ ਤੋਂ ਬਰਨ ਵੀ ਆਇਆ ਸੀਗਾ ਜੀ। ਮੈਂ 11ਵੀਂ ਕਲਾਸ 'ਚ ਉੱਥੇ ਲੱਗਿਆ ਬਰਨ ਵੀ ਸਾਊਥ ਸਕੂਲ ਤੇ ਜਦੋਂ ਮੈਂ ਇੰਡੀਆ ਤੋਂ ਆਇਆ ਪਹਿਲਾਂ ਤਾਂ ਮੈਨੂੰ ਸਕੂਲ ਦਾ ਸਬਕਤਾਉ ਨਹੀਂ ਪਤਾ ਲੱਗਿਆ ਕਿਉਂਕਿ ਇੱਥੇ ਸਕੂਲ ਹੈਗੇ ਨੇ ਕਾਲਜ ਆ ਰਗੇ ਹਨਾ ਤੁਸੀਂ ਜਾਓ ਨੋਟਸ ਵਗੈਰਾ ਲਓ ਮੈਨੂੰ ਪਤਾ ਨਹੀਂ ਸੀਗਾ ਸਾਰੀ ਕਸਮ ਮੈਂ ਤਾਂ ਇੱਕ ਕੱਚੀ ਕਾਪੀ ਬਾਕੀ ਕਾਪੀ ਦਾ ਪਤਾ ਸੀਗਾ ਰੈਣੀ ਵਾਲਾ ਸਾਰਾ ਸਭ ਤੇ ਜਦੋਂ ਮੈਂ ਪਹਿਲਾਂ ਪਹਿਲਾਂ ਆਇਆ ਤੇ ਬਸ ਜਦੋਂ ਮੈਂ ਜਹਾਜ਼ 'ਚ ਬੈਠਾ ਸੀਗਾ ਨਾ ਮੈਨੂੰ ਹਲੇ ਵੀ ਆਦਾ 14 ਮਈ ਦੀ ਗੱਲ ਹੈ 2014 ਦੀ ਮੈਨੂੰ ਮੈਂ ਬਾਹਰ ਦੇਖੀ ਜਾਂਦਾ ਸੀਗਾ ਵਿੰਡੋ ਸੀਟ ਸੀ ਜੀ ਮੇਰੀ ਤੇ ਮੈਂ ਵੀ ਇੱਥੋਂ ਹੁਣ ਚੱਲਿਆ ਮੈਨੂੰ ਕੁਝ ਨਹੀਂ ਪਤਾ ਮੈਂ ਕਦੋਂ ਵੈਕ ਆਉਣਾ ਤੇ ਇਹ ਵੀ ਨਹੀਂ ਪਤਾ ਮੈਂ ਕਿੱਥੇ ਚੱਲਿਆ ਨਾ ਤਾਂ ਮੈਂ ਕਦੇ ਦੇਖਿਆ ਫੋਟੋਆਂ 'ਚ ਹੀ ਦੇਖਿਆ ਪਰ ਇੱਥੇ ਆ ਕੇ ਪਹਿਲੇ ਮਹੀਨੇ ਸਹੀ ਸੀਗੇ ਜਾਂਦੀ ਸਰ ਸਕੂਲ ਨਹੀਂ ਜਾਣਾ ਪਿਆ ਉਹ ਸਕੂਲਾਂ 'ਚ ਆਪਣੀ ਹੜਤਾਲ ਚੱਲ ਰਹੀ ਸੀਗੀ ਉਸ ਟਾਈਮ ਤੇ ਸੋ ਸਪਟੈਂਬਰ ਤੱਕ ਮੈਂ ਮਈ ਤੋਂ ਸਪਟੈਂਬਰ ਤੱਕ ਵੇਲਾ ਰਿਆ ਸੋ ਉਹ ਤਾਂ ਬਹੁਤ ਫਨ ਕੀਤਾ ਸਪਟੈਂਬਰ ਤੋਂ ਬਾਅਦ ਥੋੜਾ ਜਿਹਾ ਹੋ ਗਿਆ ਸੀਗਾ ਉਹਨਾਂ ਦਿਨਾਂ 'ਚ ਕੋਈ ਗਾਣਾ ਲਿਖਿਆ ਉਹ ਉਦੋਂ ਵੀ ਬਹੁਤ ਲਿਖੇ ਨੇ ਜੀ ਪਰ ਉਹ ਕਦੇ ਰਿਕਾਰਡ ਨਹੀਂ ਕੀਤੇ ਆ ਕਿ ਮੈਂ ਬਿਲਕੁਲ ਅੱਛਾ ਸਾਰੇ ਗਾਣੇ ਰਿਕਾਰਡ ਨਹੀਂ ਤੁਸੀਂ ਕਰਦੇ ਹੁੰਦੇ ਨਹੀਂ ਬ ਹੋਰ ਤੁਸੀਂ ਗਾਉਣ ਵਾਲੇ ਨੂੰ ਵੀ ਦੇ ਦਿੰਨੇ ਹੋ ਬਿਲਕੁਲ ਹਾਂਜੀ ਔਰ ਹਿੱਟ ਹੋਏ ਨੇ ਕਈ ਗਾਣੇ ਹਾਂਜੀ ਬਿਲਕੁਲ ਦਲਜੀਤ ਦਾ ਵੀ ਗਾਣਾ ਮੇਰੇ ਕੋਲ ਹਾਂਜੀ ਹਿੱਟ ਹੋਇਆ ਬਿਲਕੁਲ ਹਾਂਜੀ ਹਾਂਜੀ ਪਿੱਛੇ ਤੋਂ ਔਰ ਕਿ ਨੂੰ ਕਿ ਨੂੰ ਦਿੱਤੇ ਗਾਣੇ ਆਪ ਦੇ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਸ਼ੁਰੂ-ਸ਼ੁਰੂ ਚ ਮੈਂ ਸਭ ਤੋਂ ਜਿਹੜਾ ਸਭ ਤੋਂ ਜੇ ਪਹਿਲੇ ਗਾਣੇ ਦੀ ਗੱਲ ਕਰੀ ਜਦੋਂ ਮੈਂ ਇੰਡੀਆ ਸੀਗਾ ਉਹ ਇੱਕ ਮੁੰਡਾ ਨਵਾਂ ਸੀਗਾ ਇੱਕ ਜੋਤ ਹੁੰਦਲ ਉਹ ਬਾਈ ਨੇ ਮਿਲ ਲੰਦਾ ਹੁਣ ਗਾਉਣਾ ਵਗੈਰਾ ਛੱਡਤਾ ਸ਼ਾਇਦ ਪਰ ਉਸ ਤੋਂ ਬਾਅਦ ਜੇ ਜਿਹੜਾ ਕੋਈ ਨਾਮੀ ਕਲਾਕਾਰ ਸੀਗਾ ਜੱਸੀ ਗਿੱਲ ਜਿਹਨੂੰ ਮੈਂ ਸਭ ਤੋਂ ਪਹਿਲਾ ਗਾਣਾ ਦਿੱਤਾ ਸੀਗਾ ਰੇਂਜ ਸੀ ਸੋ ਉਹ ਗਾਣਾ ਦਿੱਤਾ ਉਹ ਤੋਂ ਬਾਅਦ ਫਿਰ ਮੇਰਾ ਇੱਕ ਗਾਣਾ ਆ ਜੱਟ ਓਡੀਆਂ ਚ ਘੁੰਮਦਾ ਫਰੇ ਬਾਪੂ ਵਾਲੇ ਫੋੜ ਕਰਕੇ ਉਹ ਵੀ ਮੈਂ ਲਿਖਿਆ ਸੀਗਾ ਗਾਣਾ ਬਹੁਤ ਚਿਰ ਪਹਿਲਾਂ ਦੀ ਗੱਲ ਆ ਉਹ ਸਕੂਲ ਟਾਈਮ ਦੀ ਗੱਲਾਂ ਨੇ ਫਿਰ ਜੈਜੀ ਵੀ ਭਾਈ ਨਾਲ ਗਾਣਾ ਆ ਮੇਰਾ ਉਹਨਾਂ ਨਾਲ ਦੋ ਗਾਣੇ ਆ ਐਕਚੁਅਲੀ ਅੱਛਾ ਹਾਂਜੀ ਤੇ ਉਦੋਂ ਬਾਅਦ ਫਿਰ ਹੌਲੀ ਹੌਲੀ ਇਦਾਂ ਕਰਦਾ ਕਰਦਾ ਜਦੋਂ ਮੈਂ ਦੇਖਿਆ ਵੀ ਚਲੋ ਲਿਖ ਕੇ ਦੇਣਾ ਸਹੀ ਐ ਪਰ ਉਹ ਮੁੱਲ ਨਹੀਂ ਸੀ ਪੈ ਰਿਹਾ ਤੁਹਾਨੂੰ ਵੀ ਪਤਾ ਗੀਤਕਾਰਾਂ ਨੂੰ ਉੱਥੇ ਕੀ ਰੱਖਿਆ ਜਾਂਦਾ ਹਨਾ ਪੀ ਗਣ ਇਦਾਂ ਦੀ ਵੈ ਵੀ ਵਿੱਚ ਨਾਮ ਵੀਡੀਓ ਵਾਲੇ ਪੈਰੇ ਜੋ ਕੱਟ ਦੁੰਦੇ ਸੀ ਫਿਰ ਮੈਂ ਦੇਖਿਆ ਵੀ ਇਹ ਤਾਂ ਯਾਰ ਗੱਲ ਨਹੀਂ ਬਣਦੀ ਫਿਰ ਆਪ ਕੋਣਾ ਹਾਂਜੀ ਤਾਂ ਕਰਕੇ ਫਿਰ ਮੈਂ ਇਹ ਦੇਖਿਆ ਵੀ ਯਾਰ ਆਪ गा ਸਕਦਾ ਫਿਰ ਜਿਹੜੇ ਮੇਰੇ ਨਾਲ ਦੇ ਸੀ ਪ੍ਰਾਸ ਹਰੇ ਉਹ ਕਹਿੰਦੇ ਵੀ ਜਿਨ੍ਹਾਂ ਨੂੰ ਦੰਨਾ ਉਹਨਾਂ ਤੋਂ ਵਧੀਹੀ ਗਾ ਲੈਣਾ ਸੋ ਹੀ ਸ਼ੁੱਡ ਟ੍ਰਾਈ ਤਾਂ ਕਰਕੇ ਫਿਰ ਮੈਂ ਟ੍ਰਾਈ ਕੀਤਾ ਤੇ ਸਹੀ ਸਹੀ ਰਿਹਾ ਦੀ ਤੇ ਕੁਈ ਟ੍ਰੇਨਿੰਗ ਵਗੈਰਾ ਲੈਣ ਦੀ ਜ਼ਰੂਰਤ ਪਈ ਕਈ ਕਈ ਲੋਕ ਕਾਫੀ ਨਹੀਂ ਜੀ ਟ੍ਰੇਨਿੰਗ ਤਾਂ ਮੈਂ ਮੈਂ ਗਵਨ ਨਹੀਂ ਲਈ ਮੈਂ ਹਾਲੇ ਵੀ ਨਹੀਂ ਕਹਿੰਦਾ ਵੀ ਮੈਨੂੰ ਗਾਉਣਾ ਆਉਂਦਾ ਪੂਰਾ ਮੈਂ ਮੈਨੂੰ ਥੋੜਾ ਲਿਖਣ ਤੇ ਮੈਂ ਆਪਣੇ ਤੇ ਕੰਫੀਡੈਂਟਾਂ ਪਰ ਗਾਉਣ ਤੇ ਹਾਲੇ ਪੂਰਾ ਨਹੀਂ ਹੈਗਾ ਪਰ ਫਿਰ ਵੀ ਟਰਾਈ ਕਰਦਾ ਹੁੰਨਾ ਵੀ ਜੋ ਮੈਂ ਗਾਉਣਾ ਬੜਾ ਬੇਸੁਰਾ 사ਉਂ ਨਾ ਕਰੇ ਹਾਂਜੀ ਇਹੀ ਟਰਾਈ ਹੁੰਦੀ ਆ ਤੇ ਹੁਣ ਜਦੋਂ ਤੁਸੀਂ ਦੇਖਦੇ ਹੋ ਆਪਣੀ ਜ਼ਿੰਦਗੀ ਨੂੰ ਅਤਿਸ਼ਲ ਕੋੜੀ ਹਾਈਂਡਸਾਈਡ ਇਸ 2020 ਕਿਹੜੇ ਗੀਤ ਆ ਜਿਹੜੇ ਤੁਹਾਨੂੰ ਲੱਗਿਆ ਕਿ ਤੁਹਾਡੀ ਸਥਾਪਤੀ ਦੇ ਵਿੱਚ ਕਾਫੀ ਇਹ ਰੀਕਾਰਡ ਸਾਬਤ ਹੋਇਆ ਪਹਿਲਾ ਗਾਣਾ ਸੀਗਾ ਜੀ ਡੋਂਟ ਵਰੀ ਸੀਗਾ ਗਾਣੇ ਦਾ ਨਾਮ ਉਹਦੀ ਲਾਈਨ ਸੀਗੀ ਵੀ ਮੁੰਡਾ ਕਹਿੰਦਾ ਸੀ ਦੁੱਖ ਤਾਂ ਸੁਣਾ ਨਹੀਂ ਸਾਰੇ ਤੋੜ ਦੇਣੇ ਤੇ ਕੁੜੀ ਕਹਿੰਦੀ ਨਹਿਣ ਦੇ ਵਿੱਚ ਜੱਟਾ ਹੱਥ ਜੋੜ ਦੇਣੇ ਸੋ ਪਹਿਲਾ ਗਾਣਾ ਸੀਗਾ ਮੇਰੇ ਖਿਆਲ ਨਾਲ ਜਿਸ ਨਾਲ ਮੈਨੂੰ ਐਕਚੁਅਲ ਚ ਪਛਾਣ ਮਿਲੀ ਸੀ ਵੀ ਕੋਈ ਮੁੰਡਾ ਹੈਗਾ ਤੇ ਉਸ ਤੋਂ ਬਾਅਦ ਤੁਹਾਨੂੰ پتہ ਇਹ ਵੀ ਨੋਟਿਸ ਹੋਣ ਲੱਗ ਜਾਂਦਾ ਨਾ ਬੰਦਾ ਵੀ ਓਕੇ ਇਸ ਨਾਮ ਦਾ ਕੋਈ ਮੁੰਡਾ ਹੈ ਤੇ ਅੱਗੇ ਕੀ ਜਿਹੜੇ ਗਾਣੇ ਕੀਤੇ ਫਿਰ ਇੱਕ ਗਾਣਾ ਸੀ ਸਾਨੂੰ ਲੋੜ ਨਹੀਂ ਸਭ ਕੁਝ ਕਰਤਾ ਸਕਦੇ ਆ ਸਾਨੂੰ ਲੋਡ ਨਹੀਂ ਤੇ ਇੱਕ ਗਾਣਾ ਸੀਗਾ ਅੱਖਾਂ ਵਿੱਚ ਅੱਖਾਂ ਨਾਲ ਤੂੰ ਪਾ ਵੇਲੀ ਦੇ ਕੱਲ ਨੂੰ ਕਹਿੰਗੇ ਮੈਨੂੰ ਪਿਆਰ ਹੋ ਗਿਆ ਮਤਲਬ ਇਹ ਤਿੰਨ ਗਾਣੇ ਦੇ ਨਾਲ ਜਿਹੜੀ ਮੈਨੂੰ ਪੁਸ਼ ਬਹੁਤ ਜ਼ਿਆਦਾ ਮਿਲਦੀ ਸੀ ਕਿਉਂਕਿ ਜਿਹੜੀ ਪਹਿਲਾਂ ਗਾਉਣ ਵਾਲੇ ਸੀ ਉਹਨਾਂ ਨੂੰ ਇੱਕ ਐਲਬਮ ਜਾਂ ਟੇਪ ਜਾਂ ਸੀਡੀ ਕੱਢਦੇ ਸੀ ਉਹ ਹਾਂਜੀ ਹੁਣ ਤਾਂ ਚੱਕਿਆ ਗਿਆ ਕੰਮ ਹੁਣ ਤੁਸੀਂ ਇੱਕੋ ਹੀ ਗਾਣਾ ਜਦੋਂ ਤੁਸੀਂ ਕਰਦੇ ਆ ਹਾਂਜੀ ਉਦੋਂ ਹੀ ਉਹੀ ਗਾਣਾ ਤੁਸੀਂ ਛਾੜ ਦਿੰਦੇ ਬਿਲਕੁਲ ਹਾਂਜੀ ਹੁਣ ਸਿੰਗਲ ਟਰੈਕ ਦਾ ਜ਼ਮਾਨਾ ਆ ਗਿਆ ਸੀ ਮੈਂ ਵੀ ਦੇਖ ਲਓ ਕਦੋਂ ਦਾ ਕਰ ਰਹੇ ਹਾਂ ਤੇ ਮੇਰੀ ਹੁਣ ਪਹਿਲੀ ਟੇਪ ਆਉਣ ਲੱਗੀ ਆ ਕਉਂਕਿ ਉਹ ਵੀ ਸਾਨੂੰ ਲੱਗਣ ਲੱਗਿਆ ਸੀ ਵੀ ਹੁਣ ਆਪਾਂ ਨੂੰ ਟੇਪ ਕਰ ਦੇਣੀ ਚਾਹੀਦੀ ਹੈ ਕਿਉਂਕਿ ਸਿੰਗਲ ਦਾ ਜ਼ਮਾਨਾ ਸੀ ਸਾਰੇ ਲੋਕ ਇੱਕ ਗਾਣਾ ਚਾਹੁੰਦੇ ਆ ਫਿਰ ਉਸ ਤੋਂ ਬਾਅਦ ਨਵਾਂ ਚਾਹੁੰਦੇ ਆ ਕਿ ਟੇਪ 'ਚ ਮੇਰੇ ਹਿਸਾਬ ਨਾਲ ਇਦਾਂ ਹੋ ਜਾਂਦਾ ਵੀ ਇੱਕ ਵਾਰ ਸਾਰੇ ਗਾਣੇ ਆ ਜਾਂਦੇ ਤੇ ਲੋਕ ਛੇਤੀ ਬੋਰ ਹੋਣ ਲੱਗ ਗਏ ਕਿਉਂਕਿ ਕੰਟੈਂਟ ਬਹੁਤ ਆ ਆਰਟਿਕ ਕੰਪੀਟੀਸ਼ਨ ਬਹੁਤ ਆ ਹਨਾ ਤਾਂ ਕਰਕੇ ਆਪਣੀਆਂ ਕੋਈ ਯਾਦਾਂ ਚ ਸਾਨੂੰ ਦੱਸੋ ਕੋਈ ਸਾਂਝੀ ਕਰੋ ਜਦੋਂ ਤੁਹਾਨੂੰ ਤੁਹਾਡਾ ਪਹਿਲਾ ਗਾਣਾ ਸੀ ਜਾਂ ਪਹਿਲੀ ਵਾਰੀ ਤੁਸੀਂ ਰੇਡੀਓ ਤੇ ਚਲਣਾ ਸੀ ਜਾਂ ਟੀਵੀ ਤੇ ਆਉਣਾ ਸੀ ਹਾਂਜੀ ਉਦੋਂ ਕੀ ਇੰਤਜ਼ਾਰ ਰਹੀ ਪਹਿਲਾ ਗਾਣਾ ਜਦੋਂ ਮੈਂ ਰੇਂਜ ਗਾਣਾ ਦਿੱਤਾ ਸੀਗਾ ਜੱਸੀ ਗਿੱਲ ਬਾਈ ਉਹਨਾਂ ਨੂੰ ਤਾਂ ਮੈਂ ਉਦੋਂ ਇੰਡੀਆ ਸੀਗਾ ਮੈਂ ਦੇ ਕੇ ਇੱਧਰ ਆ ਗਿਆ ਸੀ ਹਾਲ ਤੱਕ ਉਹ ਗਾਣਾ ਰਿਲੀਜ਼ ਨਹੀਂ ਹੋਇਆ ਅੱਛਾ ਉਹ ਲਿਖ ਕੇ ਦੇਣ ਤੋਂ 1.5 ਸਾਲ ਬਾਅਦ ਰਿਲੀਜ਼ ਹੋਇਆ ਤੇ ਮੈਨੂੰ ਪਤਾ ਵੀ ਨਹੀਂ ਸੀ ਵੀ ਆਉਣਾ ਜਾਂ ਨਹੀਂ ਕਿਉਂਕਿ ਐਵੇਂ ਵੀ ਕਲਾਕਾਰ ਗੀਤਕਾਰਾਂ ਨੂੰ ਬੜਾ ਟੱਚ ਕਰਦੇ ਨਹੀਂ ਹੁੰਦੇ ਹਨ ਆਪ ਦਾ ਕੰਮ ਕਰਕੇ ਪਰਾਂ ਜਾਂਦੇ ਆ ਸੋ ਮੈਂ ਮੈਂ ਉਦਾਂ ਵੀ ਜਵਾਗ ਸੀਗਾ ਉਦੋਂ ਮੈਨੂੰ ਕੋਈ ਬੜਾ ਸੀਰੀਅਸ ਨਹੀਂ ਲੈਂਦਾ ਹੁੰਦਾ ਸੋ 15 ਸਾਲ ਦਾ ਜਵਾਗ ਤੁਹਾਨੂੰ ਪਤਾ ਹੀ ਹੈ ਹਨਾ ਮੂਰਲਾ ਬੰਦਾ ਕਹਿੰਦਾ ਵੀ ਚਲੋ ਗਾਣਾ ਵਧੀਆ ਦੇਤਾ ਤੇ ਪਹਿਲੀ ਵਾਰੀ ਮੈਨੂੰ ਹਲੇ ਵੀ ਯਾ ਕੈਲਗਰੀ ਸੀ ਉਹ ਨੋਟਮ ਉੱਥੇ ਰੈੱਡ ਐਫਐਮ ਸਟੂਡੀਓ ਗਿਆ ਸੀਗਾ 2015 ਦੀ ਗੱਲ ਆ ਇਥੇ ਤੇ ਉਦੋਂ ਜਦੋਂ ਮੈਂ ਗਿਆ ਉਹ ਤਾਂ ਸਾਰੀ ਰਾਤ ਨੀਂਦ ਨਹੀਂ ਸੀ ਗਈ ਆਈ ਸੀ ਉਦੋਂ ਤਾਂ ਉਹ ਗਾਣੇ ਦੀ ਹਾਲਾਂਕਿ ਵੀਡੀਓ ਵੀ ਨਹੀਂ ਸੀ ਆਈ ਉਹ ਟੇਪ ਛੱਡੀ ਸੀਗੀ ਭਾਈ ਉਹਨਾਂ ਨੇ ਤੇ ਉਹ ਚ ਮੈਨੂੰ ਲੱਗਦਾ 34 ਪਤਾ ਨਹੀਂ 35 ਮਿੰਟ ਤੇ ਉਹ ਮੇਰਾ ਗਾਣਾ ਸੀਗਾ ਤੇ ਮੈਨੂੰ ਯਾਦਾ ਜਦੋਂ ਉਹ ਟੇਪ ਆਈ ਮੈਂ ਵੇਟ ਕਰ ਰਿਹਾ ਸੀ ਵੀ ਓਕੇ 1 ਮਿੰਟ ਰਹਿ ਗਿਆ 30 ਸੈਕਿੰਡ ਰਹਿ ਗਏ 10 ਸੈਕਿੰਡ ਰਹਿ ਗਏ ਸਾਣੀ ਕਰਦੇ ਵੀ ਬਹੁਤ ਜ਼ਿਆਦਾ ਪ੍ਰਾਊਡ ਸੀਗੇ ਮੇਰੇ ਸਿਸਟਰਜ਼ ਹੋਣੀ ਸੋ ਉਹ ਵੀ ਨਾਲ ਮੇਰੇ ਵੇਟ ਕਰ ਰਹੀ ਸੀ ਉਸ ਦਿਨ ਦੇ ਇਹੀ ਉਹ ਗਾ ਕਰਨ ਕੋਈ ਗੀਤ ਸੁਣਾਓ ਜਿਹੜੀ ਆਪਣੀ ਪਸੰਦ ਆ ਜਿਹੜਾ ਲੇਟੈਸਟ ਗੀਤ ਆ ਤੁਹਾਡਾ ਹਾਂਜੀ ਹੁਣੇ ਮੇਰੀ ਟੇਪ ਆ ਰਹੀ ਆ ਮਹੀਨੇ ਦੇ ਐਂਡ ਤੇ ਤੇ ਉਸ ਤੋਂ ਪਹਿਲਾ ਗਾਣਾ ਛੱਡਿਆ ਸੀਗਾ ਹਲੇ ਪਹਿਲਾ ਹੀ ਗਾਣਾ ਪਰ ਮੇਨ ਜਿਹੜੇ ਗਾਣੇ ਦੀ ਮੈਂ ਵੇਟ ਕਰਦਾ ਉਹ ਹਲੇ ਮੈਂ ਸੁਣਾ ਨਹੀਂ ਸਕਦਾ ਪਰ ਪਹਿਲਾ ਗਾਣਾ ਤੁਹਾਨੂੰ ਜਰੂਰ ਸੁਣਾ ਦਣਾ ਜੀ ਉਹ ਇਦਾਂ ਸੀਗਾ ਕਹਿੰਦਾ ਆਉ ਜਦੋਂ ਕਿਤੇ ਮਿੱਤਰਾਂ ਦੀ ਕਾਰ ਦੇਖਦੀ ਨੀ ਉੱਡਦੀ ਸਫੈਦਿਆਂ ਤੋਂ ਡਾਰ ਦੇਖਦੀ ਐ ਟੀਆਂ ਦੇ ਫੇਸ ਹੀ ਉਤੋਂ ਦੇਖ ਲਈ ਕੁੜੇ ਨਹੀਂ ਦੇਖੀ ਮੈਂ ਤੇਰਾ ਨਾ ਰੱਖੀ ਹੋਈ ਖਾਰ ਦੇਖਦੀ ਹੋ ਕਈ ਕਹਦੇ ਜੱਟ ਨਾਲ ਮਾੜੀ ਕਰਨੀ ਕਈ ਕਹਦੇ ਬਹਿਰ ਦੀ ਥਾੜੀ ਕਰਨੀ ਕਈ ਕਹਦੇ ਡੇਗੇ ਉੱਤੇ ਤਾੜੀ ਕਰਨੀ ਕਰਕੇ ਤਾਂ ਦੇਖਣੇ ਕੁੜੇ ਕਈ ਕਹਦੇ ਜੱਟ ਨੂੰ ਤਬਾਹ ਕਰਨਾ ਕਈ ਕਹਦੇ ਉਹ ਕਦਿਆ ਕਰਨਾ ਇਹਨਾਂ ਨੇ ਕੀ ਬੱਲੀਏ ਸਵਾਹ ਕਰਨਾ ਸਾਲੇ ਕਰਕੇ ਤਾਂ ਦੇਖਣੇ ਕੁੜੇ ਕਹਦਾ ਮਿੱਤਰਾਂ ਨੇ ਅਣਖਾਂ ਨੂੰ ਪਾਲਿਆ ਕੁੜੇ ਨਹੀਂ ਜਿਵੇਂ ਹੁੰਦਾ ਹੈ ਕਿਸਾਨ ਕੁੜੇ ਕੀ ਲਾਹ ਗੋਰੀਏ ਜਾਵਾਂਗੀ ਤਾਂ ਇਕੱਠੇ ਫਿਰ ਜਾਵਾਂਗੀ ਰਕਾਨੇ ਜਿਵੇਂ ਅਮਰ ਜੋਤ ਚਮਕੀ ਲਾ ਗੋਰੀਏ ਹੋ ਕਈ ਕਹਿੰਦੇ ਇਹਦਾ ਪਤਾ ਸਾਫ ਗੋਰੀਏ ਕਈ ਕਹਿੰਦੇ ਬੰਦਾ ਹੀ ਖਰਾਬ ਗੋਰੀਏ ਕਈ ਕਹਿੰਦੇ ਖੁੱਲੀਆ ਕਿਤਾਬ ਗੋਰੀਏ ਸਾਲੇ ਪੜ ਕੇ ਤਾਂ ਦੇਖਣ ਕੁੜੇ ਕਈ ਕਹਿੰਦੇ ਜੱਟ ਨੂੰ ਦਬਾਉਣਾ ਗੋਰੀਏ ਕਈ ਕਹਿੰਦੇ ਮੱਥੇ ਉੱਤੇ ਲਾਉਣਾ ਗੋਰੀਏ ਸੋ ਕਨਾਲ ਮੈਂ ਵੀ ਇਹੀ ਚਾਹਨਾ ਗੋਰੀਏ ਸਾਲੇ ਕਰਕੇ ਤਾਂ ਦੇਖਣੇ ਕੁੜੇ ਵਾਹ ਜੀ ਵਾਹ ਵਾਹ ਕਮਾਲ ਆ ਅੱਛਾ ਹੁਣ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਗੱਲ ਡਿਸਕਸ ਕਰਨੀ ਚਾਹੁੰਦਾ ਸੀ ਹਾਂ ਜੀ ਬਈ ਗੀਤਾਂ ਦੇ ਵਿੱਚ ਦੂਸਰੇ ਜਿਹੜੇ ਤੁਹਾਡੇ ਆ ਮੁਕਾਬਲੇ ਦੇ ਸਿੰਗਰਸ ਨੇ ਮੈਂ ਦੇਖ ਰਿਹਾ ਤਿੰਨ ਚਾਰ ਜਾਣੇ ਹਾਂ ਜੀ ਸਿੱਧੇ ਸਿੱਧੇ ਤੌਰ ਤੇ ਇੱਕ ਦੂਜੇ ਨਾਲ ਤੁਸੀਂ ਨੋਕ-ਝੋਕ ਕਰਦੇ ਰਹੇ ਨੇ ਹਾਂਜੀ ਕੋਈ ਚੋਟ ਮਾਰਦੇ ਰਹਨੇ ਹਾਂ ਜਾਂ ਵਿਅੰਗ ਕਰਦੇ ਰਹਨੇ ਹਾਂ ਹਾਂਜੀ ਹਾਂਜੀ ਇਹ ਨਮਾਇਸ ਸਿਸਟਮ ਸ਼ੁਰੂ ਹੋ ਗਿਆ ਸਹੀ ਗੱਲ ਹੈ ਜੀ ਮੇਰਾ ਜਿੰਨਾ ਖਿਆਲ ਆ ਮੈਂ ਕਦੇ ਸ਼ੁਰੂ ਨਹੀਂ ਕੀਤਾ ਹੈਗਾ ਅਜ ਤੱਕ ਪਰ ਆਪਣੀ ਪੰਜਾਬੀਆਂ ਦੇ ਮਿਲਾਂ ਦਾ ਖੂਨ ਚੀ ਵੀ ਜਦੋਂ ਕੋਈ ਕਹਿੰਦਾ ਪਤਰੋਕ ਨਹੀਂ ਹੁੰਦਾ ਤਾਂ ਵੀ ਆਪਾਂ ਇਹੀ ਹੁੰਦਾ ਵੀ ਯਾਰ ਆਪਦਾ ਕੰਮ ਕਰ ਰਹੇ ਆ ਸਾਰਾ ਕੁਝ ਸਾਫ਼ ਕਰ ਰਹੇ ਆ ਜਦੋਂ ਕੋਈ ਕਹਦਾ ਚੁੱਪ ਦੀਏ ਗੱਲ ਮੈਂ ਝੂਠ ਨਹੀਂ ਬੋਲੂਗਾ ਸੋ ਮਾੜਾ ਮੋਟਾ ਲਾ ਕੇ ਗੱਲ ਕਰਨੀ ਪੈਂਦੀ ਹੈ ਜੀ ਤੁਹਾਨੂੰ ਪਤਾ ਤੇ ਆਡੀਅנס ਵੀ ਲਾਈਕ ਕਰਦੀ ਹੈ ਝੂਠ ਨਹੀਂ ਬੋਲੂਗਾ ਦੇ ਸ਼ੋ ਜਿਹੜੇ ਆ ਜਿਹੜੇ ਆਰਗੇਨਾਈਜ਼ ਤਰੀਕੇ ਨਾਲ ਹੁਣ ਤਾਂ ਪਿਛਲੇ 2 ਸਾਲ ਹੋਈ ਨਹੀਂ ਸਕੇ ਹਾਂਜੀ ਬਿਲਕੁਲ ਹੁਣ ਸ਼ੋ ਕਰਨ ਦੀ ਕੋਈ ਤਿਆਰੀ ਹੈ ਬਿਲਕੁਲ ਜੀ ਤਿਆਰੀ ਆਪਣਾ ਅਸੀਂ ਐਕਚੁਅਲੀ ਕੱਲ ਹੀ ਪਲਾਨ ਕਰ ਰਹੇ ਸੀ ਸਾਰਾ वर्ल्ड ਟੂਰ ਵੀ ਸਾਰੇ ਕਿਤੇ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਜਦੋਂ ਵੀ ਸਾਰਾ ਕੁਝ ਸਹੀ ਹੁੰਦਾ ਮੋਸਟਲੀ ਸਾਰੇ ਕਿਤੇ ਸਾਡੇ ਜਿੰਨੇ ਵੀ ਭਰਾ ਹੈਗੇ ਨੇ ਉਹ ਕਹਿ ਰਹੇ ਆ ਵੀ ਤਿਆਰੀਆਂ ਚੱਲ ਰਹੀਆਂ ਨੇ ਸ਼ੁਰੂ ਹੋ ਰਿਹਾ ਕੰਮ ਹੌਲੀ ਹੌਲੀ ਸਹੀ ਹੋ ਰਿਹਾ ਸੋ ਯੂਐਸਏ ਟੂਰ ਕੈਨੇਡਾ ਟੂਰ ਆਸਟ੍ਰੇਲੀਆ ਨਿਊਜ਼ੀਲੈਂਡ ਉਹ ਇੰਗਲੈਂਡ ਸਾਰੀ ਕਿਤੇ ਹੈਗਾ ਜੀ ਅੱਛਾ ਜਿਹੜੇ ਟੈਟੂ ਆ ਕਿ ਬੜੇ ਮੀਨਿੰਗਫੁਲ ਹੁੰਦੇ ਆ ਮੈਂ ਹਾਂਜੀ ਜਸਬੀਨੂ ਵੀ ਪੁੱਛਦਾ ਸੀ ਇਹ ਤੁਹਾਡੇ ਕਾਫੀ ਟੈਟੂ ਪਾਏ ਹੋਇਆ ਹੈ ਟੈਟੂ ਕੀ ਕੀ ਨੇ ਆ ਤਾਂ ਜੀ ਮੇਰੇ ਬਾਪੂ ਜੀ ਦੀ ਫੋਟੋ ਆ ਅੱਛਾ ਜੀ ਬਈ ਛੋਟੀ ਜੀ ਯਾਦ ਆ ਉਹ ਛੋਟੇ ਹੁੰਦੇ ਖੇਤਾਂ ਚ ਮੇਰੇ ਵਰਦਾਂ ਨੂੰ ਮੈਨੂੰ ਰਮਾਈ ਕਰਾਉਂਦੀ ਆ ਨਾ ਹੂੰ ਹੂੰ ਤੇ ਆ ਮੇਰੇ ਮਾਤਾ ਜੀ ਨੇ ਅੱਛਾ ਬਈ ਟਾਈਮ ਕੜੀ ਤੇ 5 ਵਜੇ ਹੋਇਆ ਜਦੋਂ ਮੇਰੇ ਮਾਮ ਲਾਸਟ ਵਾਰੀ ਜਦੋਂ ਮਾਨੂੰ ਦੇਖਿਆ ਸੀ ਉਹ ਗੁਜ਼ਰ ਗਈ ਸੀ ਉਦੋਂ 5 ਵਜੇ ਹੋਏ ਸੀ ਹਾਂਜੀ ਤੇ ਉੱਪਰ ਇੱਕ ਵੌਲਫ ਬਣਾਇਆ ਹੋਇਆ ਤੇ ਨਾਲ ਥੱਲੇ ਦੋ ਵੌਲਫ ਨੇ ਉਹ ਇਹੀ ਸਿੰਬਲਾਈਜ਼ ਮ ਆਪਣੀ ਸਾਰੀ ਆਪਣੀ ਫੈਮਿਲੀ ਨੂੰ ਕੀਤੀ ਹੋਊਗੀ ਕਿ ਉੱਪਰ ਜਿਹੜਾ ਮੇਨ ਵੌਲਫ ਆ ਮੈਂ ਤੇ ਥੱਲੇ ਦੋ ਮਰੀਆ ਭੈਣਾਂ ਅੱਛਾ ਅਸ ਤਰ੍ਹਾਂ ਮੈਂ ਹਾਂਜੀ ਕੀਤਾ ਸੀਗਾ ਅੱਛਾ ਹੈ ਤੇ ਬਹੁਤ ਦੁਖ ਭਰੀ ਗੱਲ ਵੀ 14-15 ਸਾਲ ਦੇ ਮੁੰਡੇ ਦੇ ਮਾਂ ਪਿਓ ਦੋਨੋਂ ਹੀ ਗੁਜ਼ਰ ਜਾਣ ਹਾਂਜੀ ਕਿਵੇਂ ਰਿਹਾ ਆਸਮਾ ਦੋਸਤਾਂ ਪੂਰੀ ਹੋਸ਼ ਵਿੱਚ ਸੀ ਸੱਚੀ ਐਸੇ ਜਦੋਂ ਮੈਂ ਸੋਚਦਾ ਮੈਨੂੰ ਗਲ ਪਰ ਆਉਂਦਾ ਇਹ ਕਰੀ ਜਦੋਂ ਸੋਚਦਾ ਮੈਂ ਜਦੋਂ ਡੈਡੀ ਡੈਥ ਹੋਜੀ ਮੈਂ 9 ਸਾਲ ਦਾ ਸੀਗਾ ਉਦੋਂ ਹੂੰ ਤੇ 2006 ਦੀ ਗੱਲ ਆ ਦਸੰਬਰ ਆਪਣੇ ਨੌਂ ਦੀ ਤੇ ਉਦੋਂ ਡੈਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ ਤੇ ਉਸ ਤੋਂ 5 ਸਾਲ ਬਾਅਦ ਮਾਂ ਦੀ ਡੈਥ ਹੋ ਗਈ ਤੇ ਜਿਹੜੇ ਉਹ 6 ਤੋਂ ਜਿਹੜਾ 11 ਤੱਕ ਦਾ ਵੀ ਸਫ਼ਰ ਸੀਗਾ ਜਿਹੜੇ ਉਹ 5 ਸਾਲ ਸੀ ਉਹ ਵੀ ਬਹੁਤ ਔਖੇ ਰਹੇ ਹੋਣਗੇ ਪਹਿਲੇ 3-4 ਸਾਲ ਤਾਂ ਉਦੋਂ ਨਹੀਂ ਭੁੱਲ ਸਕਿਆ ਕਿ ਵੀ ਕੀ ਹੋਇਆ ਜਦੋਂ 3 ਸਾਲਾਂ ਬਾਅਦ ਭੁੱਲਣ ਲੱਗੇ 4 ਸਾਲ ਬਾਅਦ ਉਹ ਤਾਂ ਪਤਾ ਲੱਗ ਗਿਆ ਵੀ ਮਾਮ ਨੂੰ ਆ ਪ੍ਰੋਬਲਮ ਹੈ ਹਨਾ ਤੇ ਵੀ 3rd ਸਟੇਜ ਦਾ ਕੈਂਸਰ ਆ ਜਾ ਜੋ ਵੀ ਹੈ ਨਾ ਤੇ ਉਦੋਂ ਬਹੁਤ ਔਖਾ ਰ ਸੀ ਜਦੋਂ ਉਹ ਹੋ ਗਿਆ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਉਸ ਤੋਂ ਬਾਅਦ ਸਾਰਾ ਕੁਝ ਖਤਮ ਹੀ ਹੋ ਗਿਆ ਸੀਗਾ ਰ ਤੇ ਬਾਅਦ ਤਾਂ ਬਹੁਤ ਜ਼ਿਆਦਾ ਔਖਾ ਰ ਹੈ ਜੀ ਮੈਂ 3 ਸਾਲ ਇੰਡੀਆ ਰਿਆ ਗੱਲਾਂ 2011 ਤੋਂ 2014 ਤੱਕ ਫਿਰ ਤੁਸੀਂ 17 ਸਾਲ ਦੇ ਇੱਥੇ ਆ ਗਏ ਸੀ ਹਾਂਜੀ ਅੱਛਾ ਜਿੱਥੇ ਤੁਸੀਂ ਬਾਕੀ ਦੇ ਗੀਤ ਗਾਇਆ ਉਹਦੇ ਵਿੱਚ ਕਈ ਥਾਂਵੇਂ ਕੁਐਸਚਨ ਮਾਰਕ ਵੀ ਆ ਸੁਸਾਇਟੀ ਦੇ ਕਈ ਕੰਮਾਂ ਦੇ ਉੱਤੇ ਜਿੱਥੇ ਦੂਸਰੇ ਹੋਰ ਸਿੰਗਰ ਦੇ ਨਾਲ ਖੁੰਦਕਵਾਜ਼ੀ ਵਾਲੀਆਂ ਗੱਲਾਂ ਨੇ ਤੇ ਪਿਆਰ ਇਸ਼ਕ ਮੁਹੱਬਤ ਦੀ ਗੱਲ ਆ ਹਾਂਜੀ ਲੜਕੀਆਂ ਦੀ ਖੂਬਸੂਰਤੀ ਦੀ ਗੱਲ ਉਹ ਤਾਂ ਸਾਰੀਆਂ ਨਾਰਮਲ ਨੇ ਹਾਂਜੀ ਪਰ ਜਿਹੜੀਆਂ ਸਾਡੀ ਸੁਸਾਇਟੀ ਦੇ ਵਿੱਚ ਕੁਝ ਇੱਕ ਬਾਕੀ ਜਿੰਨੀਆਂ ਹੋਰ ਸਮਾਜ ਨੇ ਸਾਡੀ ਪੰਜਾਬੀ ਸੁਸਾਇਟੀ ਦੇ ਵਿੱਚ ਵੀ ਉਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਹੀ ਹੋਣੀਆਂ ਸੀ ਬਿਲਕੁਲ ਇਨਫिडेलिटी ਦੀ ਪ੍ਰੋਬਲਮ ਵੀ ਇਨੂੰ ਆਮ ਤੌਰ ਤੇ ਨਾ ਕੋਈ ਗਾਉਣ ਵਾਲਾ ਤੇ ਨਾ ਕੋਈ ਲਿਖਣ ਵਾਲਾ ਥੋੜੇ ਕੀਤੇ ਹੱਥ ਨਹੀਂ ਪਾਉਂਦਾ ਬਿਲਕੁਲ ਹਾਂ ਇਹ ਰਿਲੇਸ਼ਨਸ਼ਿਪ ਦੇ ਵਿੱਚ ਰੀਕਰਪਸ਼ਨ ਸ਼ੁਰੂ ਹੋ ਗਈ ਬਿਲਕੁਲ ਜੀ ਇਨਫੀਡੈਲਟੀ ਦੀ ਪ੍ਰੋਬਲਮ ਸੀ ਚਾਂਜਰ ਨਾ ਉਹ ਜਿਹੜਾ ਗੀਤ ਤੁਸੀਂ ਲਿਖਿਆ ਤੇ ਗਾਇਆ ਹਾਂਜੀ ਉਹਦੇ ਤੇ ਕਚੀਰਾ ਵੀ ਬੜਾ ਹੋਇਆ ਬਿਲਕੁਲ। 어 우ਦੇਜ ਤੁਹਾਡੀ ਨੁਕਤਾ ਚ ਨਹੀਂ ਵੀ ਹੋਈ। ਲੇਕਿਨ ਕਈ ਹਲਕਿਆਂ ਚ ਦੀ ਪ੍ਰਸ਼ੰਸਾ ਵੀ ਬਹੁਤ ਹੋਈ। ਮਿਲ ਕੇ ਜਿਹੜੀ ਗਾਉਣ ਵਾਲਾ ਤੇ ਜਿਹੜਾ ਲਿਖਣ ਵਾਲਾ ਪੋਏਟ ਆ ਜੋ ਸੋਸਾਇਟੀ ਚ ਹੋ ਰਿਹਾ ਉਹੀ ਦੇਖਦਾ ਫਿਰ ਉਸ ਤੇ ਬਾਰੇ ਗੱਲ ਚਲਣੀ ਚਾਹੀਦੀ ਆ। ਹਾਂਜੀ ਬਿਲਕੁਲ ਸਹੀ ਗੱਲ ਆ। ਇਹੀ ਇਹੀ ਮੇਰਾ ਮੰਨਣਾ ਹੁਣ ਮੈਂ ਕਿਹੜਾ ਹੁਣ ਇਹ ਵੀ ਨਹੀਂ ਹੈਗਾ ਵੀ ਜਣ ਹੁਣ ਤਾਂ ਅੰਦਰ ਗਾਣਾ ਤੇ ਮੈਂ ਲਿਖਿਆ ਸੀ ਨਾ ਲਾਈਕ ਉਹ ਮੇਰੇ ਨਾਲ ਥੋੜੀ ਹੋਇਆ ਮੈਂ ਤਾਂ ਆਪ ਕਿਸੇ ਨਾ ਹੁੰਦਾ ਦੇਖਿਆ ਨਾ। ਹੂੰ ਹੂੰ। ਸੋ ਮੇਰੀ ਇਹੀ ਟਰਾਈ ਹੁੰਦੀ ਆ ਵੀ ਮੇਰੇ ਹਿਸਾਬ ਨਾਲ ਉਹ ਚੀਜ਼ ਨੂੰ ਜ਼ਿਆਦਾ ਅਟੈਨਸ਼ਨ ਮਿਲਦੀ ਆ ਜਾਂ ਉਹ ਚੀ ਸਪੈਸ਼ਲੀ ਜਿਨ੍ਹਾਂ ਤੇ ਗੁਜ਼ਰੀ ਹੁੰਦੀ ਹੈ ਜਿਹੜੀ ਚੀਜ਼ ਲੋਕ ਕਹਿਣੋਂ ਡਰਦੇ ਆ ਹਨਾ ਮੇਰੀ ਇਹ ਟਰਾਈ ਹੁੰਦੀ ਹੈ ਵੀ ਉਹ ਕਿਉਂ ਨਾ ਲਿਖੀਏ ਹਨਾ ਤੇ ਲਿਖ ਕੇ ਫਿਰ ਮੇਰੀ ਟਰਾਈ ਹੁੰਦੀ ਵੀ ਇਹਨੂੰ ਬਣਾ ਕੇ ਦੇਖਾਂ ਜੇ ਵਧੀਆ ਜੇ ਵਧੀਆ ਲੱਗਦਾ ਫਿਰ ਮੈਂ ਰਿਲੀਜ਼ ਕਰ ਦਿੰਦਾ ਕਈ ਵਾਰੀ ਜੇ ਜ਼ਿਆਦਾ ਲੱਗਦਾ ਹੁੰਦਾ ਮੈਂ ਨਹੀਂ ਰਿਲੀਜ਼ ਕਰਦਾ ਪਰ ਮੈਂ ਐਵੇਂ ਕਹਾਂ ਮੈਂ ਲਿਖਦਾ ਸਾਰਾ ਕੁਝ ਹੀ ਆ ਜੋ ਕੁਝ ਮੈਂ ਦੇਖਦਾ ਮੈਂ ਉਹੀ ਕੁਝ ਲਿਖਦਾ ਜੀ ਹੁਣ ਉਵੇਂ ਤਾਂ ਮੇਰੇ ਦਿਮਾਗ 'ਚ ਖਿਆਲ ਆਉਂਦੇ ਨਹੀਂ ਹੈਗੇ ਹਨਾ ਹੁਣ ਮੇਰੇ ਹਿਸਾਬ ਨਾਲ ਮੇਰੀ ਮੇਰੇ ਫਰੈਂਡ ਸਰਕਲ 'ਚ ਵੀ 60 ਤੋਂ 70% ਜਿਹੜੇ ਮੁੰਡੇ ਜਾਂ ਕੁੜੀਆਂ ਵੀ ਨੇ ਆਲਵੇਸ ਜਾਂ ਥਰੂ ਬ੍ਰੇਕਅਪਸ ਜਾਂਦੇ ਆ ਜਾਂ ਕੋਈ ਹੋਰ ਦਿਲ ਤੇ ਸੱਟ ਲੱਗੀ ਜਾਂ ਕੁਛ ਇਦਾਂ ਉਦਾਂ ਚਲਦਾ ਹੀ ਰਹਿੰਦਾ ਉਹਨਾਂ ਦੀ ਲਾਈਫ ਚ ਨਹੀਂ ਬੇਵਫਾਈ ਦੇ ਗਾਣੇ ਬਹੁਤ ਗਾਏ ਗਏ ਬੇਵਫਾਈ ਬਾਰੇ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਨਾ ਹਾਂ ਪਹਿਲਾਂ ਪਰ ਜਿਹੜੀ ਤਰੀਕੇ ਨਾਲ ਤੁਸੀਂ ਉਹਨੂੰ ਪ੍ਰੈਜੈਂਟ ਕੀਤਾ ਉਹ ਵੀਡੀਓ ਕਿਨੇ ਬਣਾਈ ਸੀ ਉਹ ਵੀਡੀਓ ਇੰਡੀਆ ਰਿਜੀ ਮੁੰਡੇ ਟਰੂ ਮੇਕਰਸ ਹਾਂ ਹਾਂ ਕਿਉਂਕਿ ਅਸੀਂ ਇੱਕ ਦੋਸਤਾਂ ਦੇ ਵਿੱਚ ਬੈਠੇ ਡਿਸਕਸ ਕਰ ਰਹੇ ਸੀ ਤੁਹਾਡੇ ਉਸ ਨੂੰ ਹਾਂਜੀ ਉਹਦੇ ਚ ਇਹ ਵੀ ਸਵਾਲ ਪੁੱਛਿਆ ਕਿ ਬੀਓ ਦਾ ਐਂਡ ਜਿਹੜਾ ਹੁੰਦਾ ਹਾਂਜੀ ਉਹਦੇ ਚ ਇੱਕ ਮੁੰਡੇ ਨੇ ਇਹ ਵੀ ਕਿਹਾ ਕਹਿੰਦਾ ਵੀ ਐਂਡ ਇਹਦਾ ਗਲਤ ਵੀ ਹੋ ਸਕਦਾ ਸੀ ਇਹ ਕੋਈ ਵਾਇਲੈਂਟ ਵੀ ਹੋ ਸਕਦਾ ਸੀ ਉਹ ਦਰਵਾਜ਼ਾ ਖੋਲ ਵੀ ਸਕਦਾ ਸੀ ਬਿਲਕੁਲ ਦਰਵਾਜ਼ਾ ਖੋਲ ਕੇ ਉਹ ਲੜਕੀ ਤੇ ਅਟੈਕ ਕਰ ਸਕਦਾ ਸੀ ਸਹੀ ਪਰ ਉਹ ਚੁੱਪ ਕਰਕੇ ਜ਼ਬਤ ਚ ਰਹਿ ਕੇ ਤਸਵੀਰਾਂ ਸਲਿੱਪ ਕਰ ਦਿੰਦਾ ਹਾਂਜੀ ਹਾਂਜੀ ਆਖਿਰ ਹੋਰ ਜਿਹੜੇ ਗੀਤ ਨੇ ਖਾਸ ਤੌਰ ਤੇ ਜਿਹੜੇ ਕੋਲੈਬੋਰੇਟ ਕਰਕੇ ਹੁਣ ਗਾਣੇ ਗਾਉਣ ਦਾ ਵੀ ਇੱਕ ਟ੍ਰੈਂਡ ਚੱਲਿਆ ਹੋਇਆ ਬਿਲਕੁਲ ਹਾਂਜੀ ਤੁਸੀਂ ਵੀ ਇਸ ਦੇ ਵਿੱਚ ਮੈਂ ਜੀ ਹਸ ਤੱਕ ਮੇਰੇ ਜਿਹੜੇ ਪਰਸਨਲ ਮੈਂ ਲੋਕਾਂ ਨਾਲ ਬਹੁਤ ਕਲੈਬੋਰੇਸ਼ਨਸ ਕੀਤੀਆਂ ਜਦੋਂ ਉੱਪਰ ਆ ਰਿਹਾ ਸੀਗਾ ਕੋਈ ਮੈਨੂੰ ਲੋਡ ਸੀਗਾ ਉਸ ਟਾਈਮ ਤੇ ਪਰ ਮੈਂ ਆਪਣੇ ਗਾਣਿਆਂ ਦੇ ਵਿੱਚ ਬਹੁਤ ਘੱਟ ਕਲੈਬੋਰੇਸ਼ਨਸ ਰੱਖੀਆਂ ਨੇ ਪਰ ਆਹ ਟੇਪ ਦੇ ਵਿੱਚ ਮੇਰੀ ਹਰਜੀਤ ਹਰਮਨ ਭਾਜੀ ਉਹਨਾਂ ਨਾਲ ਕਲੈਬੋਰੇਸ਼ਨ ਹੈ ਇੱਕ ਗਾਣੇ ਦੇ ਉੱਤੇ ਅੱਛਾ ਸੋ ਮੈਂ ਟਰਾਈ ਕੀਤਾ ਕਿਉਂਕਿ ਇਸ ਟਾਈਮ ਦੌਰ ਚੱਲਿਆ ਹੋਇਆ ਵੀ ਸਾਰੇ ਨਵੇਂ-ਨਵੇਂ ਜਾਂ ਕੋਈ ਆਪਣੇ ਮੇਨਸਟ੍ਰੀਮ ਆਰਟਿਸਟ ਨੂੰ ਲੈ ਰਿਹਾ ਜਾਂ ਕੁਝ ਜੋ ਵੀ ਚੱਲ ਰਿਹਾ ਪਰ ਮੇਰੀ ਇਹ ਹੀ ਟਰਾਈ ਹੁੰਦੀ ਹੈ ਵੀ ਜਿਹੜੇ ਆਪਣੇ ਪੁਰਾਣੇ ਬੰਦੇ ਜਿਹੜਾ ਨੇ ਸ਼ੁਰੂ ਕੀਤਾ ਉਹਨਾਂ ਨੂੰ ਪਹਿਲ ਜ਼ਰੂਰ ਦੇਣੀ ਚਾਹੀਦੀ ਹੈ ਸੋ ਮੈਂ ਇਹ ਟੇਪ ਟਰਾਈ ਕੀਤਾ ਹੋ ਸੋ ਹਰਜੀਤ ਧਰਮਨ ਭਾਜੀ ਉਹਨਾਂ ਦਾ ਇਹ ਗਾਣਾ ਆ ਰਿਹਾ ਆਪਣਾ ਅੱਛਾ ਹੁਣ ਕਰਨ ਜਿਹੜਾ ਮੈਕਸੀਕੋ ਦਾ ਸਪੈਨਿਸ਼ 뮤직 ਦਾ ਖਾਸ ਤੌਰ ਤੇ ਤੇ کافی ਪ੍ਰਭਾਵ ਪੈ ਰਿਹਾ ਪੰਜਾਬੀ 뮤직 ਉੱਤੇ ਬਿਲਕੁਲ ਪੈ ਰਿਹਾ ਜੀ ਤੁਸੀਂ ਵੀ ਮੇਰਾ ਖਿਆਲ ਆ ਇਹਦੇ ਵਿੱਚ ਦੇਖਦੇ ਹੋ ਕਿ ਸੀਨ ਵੀ ਜਿਹੜਾ ਵੀਡੀਓ ਬਣਦੀ ਹੈ ਉਹਦੇ ਵਿੱਚ ਵੀ ਬਿਲਕੁਲ ਕੀ ਰੀਜ਼ਨ ਕੀ ਹੈ ਤੁਸੀਂ 스ਪੈਨਿਸ਼ 뮤직 ਤੋਂ ਇੰਨਾ ਪ੍ਰਭਾਵਿਤ ਹੋ ਗਏ ਨੌਜਵਾਨ ਮੁੰਡੇ ਤੁਹਾਡੇ ਵਰਗੇ ਹੋਰ ਗਾਉਣ ਵਾਲੇ ਆ ਹਾਂਜੀ ਉਹ ਕਿਵੇਂ ਕਾਤੇ ਹੋ ਰਹੇ ਰੀਜ਼ਨ ਇਹੀ ਹੈ ਜੀ ਸੁਣਨ ਨੂੰ ਵਧੀਆ ਲੱਗਦਾ ਆਪਣੇ ਪੰਜਾਬੀ 뮤직 ਦੇ ਮੈਨੂੰ ਲੱਗਦਾ ਵੀ ਬਹੁਤ ਕਰੀਬ ਹੈ 스ਪੈਨਿਸ਼ 뮤직 ਕਜ਼ ਉਹਨਾਂ ਦੇ ਗਾਣੇ ਤੇ ਐਕਚੁਅਲੀ ਤਰਜਾ ਹੁੰਦੀਆਂ ਨੇ ਹਾਲਾਂਕਿ ਜਿਹੜੇ ਆਪਣੇ ਅਮਰੀਕਨ ਗਾਣੇ ਆ ਉਹ ਸਿਰਫ ਰੈਪ ਹੁੰਦਾ ਹਨ ਸੋ ਜਿਹੜੇ 스ਪੈਨਿਸ਼ ਗਾਣੇ ਆ ਐਕਚੁਅਲ ਤੇ ਗਾਣਾ ਹੈ ਮਤਲਬ ਮੈਲਡੀ ਹੈ ਸੋ ਮੇਨਲੀ ਉਹ ਮੈਲਡੀ ਵੀ ਆਪਣੇ ਪੰਜਾਬੀ میوزਿਕ ਨੂੰ ਬਹੁਤ ਪ੍ਰਫੁੱਲਤ ਕਰਦੀ ਹੈ ਹਨ ਨਾਲ ਮਿਲਦੀ ਜੁਲਦੀ ਗੀਂਦਾ ਵੀ ਪੌਂਦੇ ਵਿੱਚ ਉਹ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਮਿਲਦੀ ਜੁਲਦੀ ਨਾਲ ਬਿਲਕੁਲ ਤਾਂ ਕਰਕੇ ਉਹ ਵਧੀਆ ਲੱਗਦੀ ਹੈ ਹਾਂਜੀ ਵੈਰੀ ਗੁੱਡ ਥੈਂਕ ਯੂ ਬਾਈ ਜੀ ਕਿਸਾਨਾਂ ਦੇ ਮਸਲੇ ਤੇ ਵੀ ਆ ਦੇਖੋ ਜੀ ਮੈਂ ਸੱਚੀ ਦੱਸਦਾ ਤਾਂ ਲਿਖਣ ਨੂੰ ਕੋਈ ਏਡੀ ਵੱਡੀ ਗੱਲ ਨਹੀਂ ਕਿ ਮੈਂ ਲਿਖ ਸਕਦਾ ਸੀਗਾ ਕੁਝ ਵੀ ਲਿਖ ਸਕਦਾ ਸੀਗਾ ਪਰ ਮੈਨੂੰ ਮੈਂ ਉੱਥੇ ਹਾਲਾਂਕਿ ਬਿਨਾ ਕੋਈ ਸਨੈਪਚੈਟ ਪਾਏ ਜਾਂ ਕਿਸੇ ਇੰਸਟਾਗ੍ਰਾਮ ਤੇ ਬਿਨਾ ਲਾਈਵ ਹੋਏ ਇੱਕ ਰਹੀ ਗਿਆ ਸੀ ਲਾਈਵ ਉਹ ਵੀ ਸਿਰਫ ਲੋਕਾਂ ਨੂੰ ਦੱਸਣ ਨੂੰ ਜਦੋਂ ਕਿ ਅਹ ਥੋੜਾ ਜਿਆ ਇੰਟਰਸਟ ਕਈ ਲੋਕਾਂ ਦਾ ਨੌਜਵਾਨਾਂ ਦਾ ਘਟ ਗਿਆ ਸੀ ਸੋ ਆਪਣੀ ਇਹੀ ਸੀਗੀ ਕਈ ਲੋਕਾਂ ਦੀ ਵੀ ਆਪਣੇ ਨਾਲ ਨੌਜਵਾਨ ਜਿਆਦਾ ਜੁੜੇ ਨਹੀਂ ਸੋ ਉਹਨਾਂ ਨੂੰ ਕਈੇ ਵੀ ਵਤ ਤੋਂ ਵਤ ਬਾਹਰ ਆ ਉਸ ਟਾਈਮ ਮੈਂ ਇੰਡੀਆ ਸੀਗਾ ਤੇ ਮੈਂ ਉੱਥੇ ਹਾਲਕੀ ਇੱਕ ਰਾਤ ਵੀ ਗੁਜ਼ਾਰ ਕੇ ਆਇਆ ਸਾਰਾ ਸੁੱਤਾ ਨਹੀਂ ਸੀ ਬੈਠੇ ਸੀ ਤੂੰ ਨਹੀਂ ਸੇਕਦੇ ਰਹੇ ਗੱਲਾਂ ਕੀਤੀਆਂ ਆਲੇ-ਦਾਲੇ ਸਾਰਿਆਂ ਨਾਲ ਹਾਲਕੀ ਸਾਡੇ ਪਿੰਡ ਦੀ ਟਰਾਲੀ ਵੀ ਉੱਥੇ ਗਈ ਉਹਨਾਂ ਨਾਲ ਬੈਠ ਕੇ ਆਇਆ ਮੈਂ ਸਾਰਾ ਕੁਝ ਕਰਕੇ ਆਇਆ ਤੇ ਉਦੋਂ ਮੈਂ ਲਿਖਣ ਨੂੰ ਕੁਝ ਵੀ ਲਿਖ ਸਕਦਾ ਸੀ ਪਰ ਮੈਨੂੰ ਆਇਆ ਸੀ ਵੀ ਲਿਖ ਕੇ ਗਾਉਣਾ ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਜਿਹੜੇ ਗਾਣੇ ਆ ਰਹੇ ਸੀ ਉਹਨਾਂ ਨੂੰ ਸ਼ੇਰ ਸ਼ੂਰ ਮੈਂ ਕਰਦਾ ਰਿਹਾ ਮੈਨੂੰ ਇਦਾਂ ਸੀ ਵੀ ਜੇ ਆਪ ਜਾ ਕੇ ਉਸ ਚੀਜ਼ ਦਾ ਹਿੱਸਾ ਬਣੀ ਤਾਂ ਉਹ ਜ਼ਿਆਦਾ ਬੈਟਰ ਹੈ ਜੀ ਪਿੰਡ ਤੁਹਾਡਾ ਈਸਰੂ ਕੋਲੇ ਆ ਈਸਰੂ ਕੋਲ ਪਿੰਡ ਆ ਹਾਂ ਜੀ ਮੇਰਾ ਲੋਕਾਂ ਦਾ ਜਿਹੜਾ ਪਿਆਰ ਆ ਇਹ ਮੇਰਾ ਖਲਾ ਕਲਾਕਾਰ ਨੂੰ ਬਹੁਤ ਉੱਚਾ ਉੱਡਣ ਲਈ ਹੋਰ ਉਕਸੌਂਦਾ ਫਿਰ ਤੇ ਹੌਸਲਾ ਬਹੁਤ ਹੋ ਜਾਂਦਾ ਹੈ ਬਿਲਕੁਲ ਤੇ ਹੋਰ ਮੈਨੂੰ ਪੁੱਛਿਆ ਸੀ ਵੀ ਤੁਸੀਂ ਸੋਹਣੇ ਸੁਨੱਖੇ ਮੁੰਡਿਆਂ ਫਿਲਮਾਂ ਫਿਲਮਾਂ ਦਾ ਵੀ ਕੋਈ ਫਿਲਮਾਂ ਦਾ ਜ਼ਰੂਰ ਜੀ ਜੇ ਚਾਹੁੰਦਾ ਹੁਣ ਤੱਕ ਕਾਜ ਨਹੀਂ ਸੀਗੀ ਪਰ ਮੇਰਾ ਮਨ ਨਹੀਂ ਮੰਨ ਰਿਹਾ ਹਲੇ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਗਾਇਕਾ ਦਾ ਨਾ ਉਹ ਮੈਨੂਅਲ ਬਣਿਆ ਹੋਇਆ ਇੱਕ ਪਹਿਲਾ ਬੰਦਾ ਜਿਹੜਾ ਗੀਤਕਾਰ ਉਹ ਗੀਤਕਾਰ ਫਿਰ ਉਹ ਜਿੱਦਾਂ ਉਹਦੇ ਗਾਣੇ ਆ ਗਏ ਫਿਰ ਉਹ ਸਿੰਗਰ ਬਣ ਗਿਆ ਫਿਰ ਸਿੰਗਰ ਤੋਂ ਬਾਅਦ ਉਹਦੀ ਮੂਵੀ ਆ ਗਈ ਮਤਲਬ ਇਹ ਚੱਲਦੀ ਆ ਰਿਹਾ ਸ਼ੁਰੂ ਤੋਂ ਜਿੰਨਾ ਕਿ ਮੈਂ ਦੇਖਿਆ ਜਿੰਨੇ ਕਲਾਕਾਰ ਇਟ ਉਹ ਜਿਹੜੇ ਮੂਵੀ ਮੈਂ ਮੈਨੂੰ ਇਹ ਲੱਗਦਾ ਵੀ ਮੈਂ ਮੈਂ ਝੂਠ ਬਲੂ ਜਿਵੇਂ ਕਹਾਂ ਮੈਂ ਰੈਡੀ ਆ ਬਹੁਤ ਘੱਟ ਬੰਦੇ ਇਹ ਗੱਲ ਐਡਮਿਟ ਕਰਦੇ ਆ ਜਿੱਦਨ ਮੈਂ ਮੂਵੀ ਕੀਤੀ ਮੈਂ ਪੂਰਾ ਰੈਡੀ ਹੋ ਕੇ ਕਰੂੰਗਾ ਜੀ ਤੇ ਮੈਨੂੰ ਲੱਗਦਾ ਨਹੀਂ ਹਲੇ ਸਾਲ ਸਵਾ ਸਾਲ ਮੈਂ ਕਰੂੰਗਾ ਹੁਣ ਜਿਹੜੀਆਂ ਵੀਡੀਓ ਮੂਵੀਜ਼ ਬਣਾਉਨੇ ਹੋ ਤੁਸੀਂ ਕੈਮਰੇ ਸਾਹਮਣੇ ਜਾਂਦੇ ਹੋ ਉਹ ਮੂਵੀਸ ਤਾਂ ਬਣਾਈ ਰਹੇ ਹਾਂ ਪਰ ਦੀ ਬਾਖਰੇ ਤੌਰ ਤੇ ਇੱਕ ਕਮਰਸ਼ਲ ਫਿਲਮ ਆ 1.5 ਘੰਟੇ ਦੀ ਹਾਂਜੀ ਉਹੋ ਵੀ ਹੈ ਜਿਹੜੀ ਕੋ ਜਿਹੜੇ ਕੰਮ ਕਰ ਰਹਾ ਮੈਂ ਐਕਚੁਅਲੀ ਇਹਦਾ ਮੇਨ ਰੀਜ਼ਨ ਹੈ ਵੀ ਕਿ ਮੈਨੂੰ ਕੋਈ ਵਧੀਆ ਸਕ੍ਰਿਪਟ ਨਹੀਂ ਮਿਲ ਰਹੀ ਜਿੱਦਾਂ ਦੀ ਮੂਵੀ ਮੈਂ ਕਰਨਾ ਚਾਹਣਾ ਸੋ ਮੈਨੂੰ ਲੱਗਦਾ ਮੈਂ ਆਪ ਹੀ ਲਿਖੂਗਾ ਤੇ ਉਹਨੂੰ ਟਾਈਮ ਤੱਕ ਲਿਖੂਗਾ ਜੀ ਹਾਂਜੀ ਮੇਰਾ ਇਹੀ ਇੰਟਰਸਟ ਹੈ ਵੀ ਮੈਂ ਆਪ ਲਿਖਾਂ ਉਹਦੀ ਮੂਵੀ ਜਿਹੜੀ ਪਹਿਲੀ ਹੋਵੇ ਤੇ ਹੌਫਫਲੀ ਵਧੀਆ ਹੋਗੀ ਹਾਂਜੀ ਅਖੀਰ ਦੇ ਵਿੱਚ ਮੇਰੇ ਕੋਲ ਸਮਾਂ ਘਾਟਾ ਵਰਨਾ ਹਾਂਜੀ ਸਾਡੇ ਬਹੁਤ ਜਿਹੜੇ ਮੇਰੇ ਖਲਾ ਵੀ ਸਾਡੇ ਸਾਰਾ ਫੁੱਲ ਜਿਹੜੇ ਲਾਈਨਸ ਜਿੰਨੀਆਂ ਵੀ ਨੇ ਹਾਂਜੀ ਹੋਰ ਮੈਂ ਕਾਲ ਤੇ ਨਹੀਂ ਲੈ ਸਕਦਾ ਲੇਕਿਨ ਅਖੀਰ ਦੇ ਵਿੱਚ ਤੁਸੀਂ ਕੋਈ ਆਪਣਾ ਆਉਣ ਵਾਲੇ ਗਾਣੇ ਦੇ ਕੋਈ ਬੋਲ ਜ਼ਰੂਰ ਸੁਣਾਓ ਸਰ ਹਾਂਜੀ ਗਾਣਾ ਆ ਰਿਹਾ ਮੇਰੀ ਟੇਪ ਦੇ ਵਿੱਚ ਮਸਲਾਉਣਾ ਤਾਂ ਨਹੀਂ ਸੀ ਪਰ ਮੈਂ ਇੱਥੇ ਸੁਣਾ ਕੇ ਜਾਊਂਗਾ ਜ਼ਰੂਰ ਗਾਣਾ ਸੀਗਾ ਕੱਚੇ ਮਕਾਨਾਂ ਵਾਲੇ ਯਾਰ ਜੱਟ ਦੇ ਸੋ ਉਹ ਮੈਨੂੰ ਬਹੁਤ ਵਧੀਆ ਲੱਗਦਾ ਮੇਰੇ ਤੇ ਮੈਨੂੰ ਵੀ ਲੱਗਦਾ ਕਿ ਇਹ ਵੀ ਢੋਕਦੀ ਹੈ ਗਾ ਲੋ ਕੱਚੇ ਮਕਾਨਾਂ ਵਾਲੇ ਯਾਰ ਜੱਟ ਦੇ ਹਾਂਜੀ ਸੋ ਇਦਾਂ ਸ਼ੁਰੂ ਹੁੰਦਾ ਉਹ ਕਹਿੰਦਾ ਆਓ ਕਾਗਜ਼ਾਂ ਦੇ ਉੱਤੇ ਬਣ ਸ਼ਾਈ ਬੈਠਿਆਂ ਨੀ ਯਾਰੀਆਂ ਚ ਘਾਟੇ ਬਦਖਾਈ ਬੈਠਿਆਂ ਛਈਆਂ ਦੇ ਘਰਾਂ ਦੀ ਛੱਤ ਪੱਕੀ ਕਰਕੇ ਨੀ ਸਾਡੇ ਵਾਲੀ ਚੌਂਦੀ ਆਪਣਾਈ ਬੈਠੀਆਂ ਸਾਡੀਆਂ ਤਜੂਰੀਆਂ ਨੇ ਸਾਂਝੀਆਂ ਕੁੜੇ ਨੀ ਬੰਦ ਹੁੰਦੀਆਂ ਨੀ ਨਕਸਾਨਾ ਕਰਕੇ ਕੱਚਿਆਂ ਮਕਾਨਾਂ ਵਾਲੇ ਯਾਰ ਜੱਟ ਦੇ ਜੱਟ ਨਾਲ ਪੱਕੀਆਂ ਜ਼ੁਬਾਨਾ ਕਰਕੇ ਕੱਚਿਆਂ ਮਕਾਨਾਂ ਵਾਲੇ ਯਾਰ ਜੱਟ ਦੇ ਜੱਟ ਨਾਲ ਪੱਕੀਆਂ ਜ਼ੁਬਾਨਾ ਕਰਕੇ ਤੇ ਗਾਣਾ ਮੇਰੀ ਟੇਪ ਚਾਰਿਆ ਜੀ ਸਾਰਿਆਂ ਨੂੰ ਮੈਂ ਲੱਗਾ ਵਧੀਆ ਕਰੂ ਲੱਗੂਗਾ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਟੇਪ ਦੀ ਜਰੂਰ ਵੇਟ ਕਰਿਓ ਮੈਂ ਆਪਣੇ ਚੌਣ ਵਾਲੇ ਨੂੰ ਇਹੀ ਕਹਿਣਾ ਚਾਹੁੰਦਾ ਵੀ ਨਰਾਜ਼ ਨਹੀਂ ਹੋਣ ਦਿੰਦਾ 30 ਤਰੀਕ ਨੂੰ 30 ਤਰੀਕ ਨੂੰ ਵੀ ਟੇਪ ਆ ਜਣੀ ਹਾਂਜੀ ਤੇ ਅਖੀਰ ਦੇ ਵਿੱਚ ਸਾਡੇ ਸੁਣ ਵਾਲਿਆਂ ਨੂੰ ਆਪਣੇ ਫੈਨਸ ਨੂੰ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹੁੰਦਾ ਜੀ ਬਸ ਵੀ ਜਿਹੜੇ ਆਰਟਿਸਟ ਨੇ ਜਾਂ ਕਲਾਕਾਰ ਨੇ ਜਾਂ ਉਦੋਂ ਵੀ ਕੋਈ ਪਲੇਅਰ ਹੋ ਗਿਆ ਜਾਂ ਕੋਈ ਵੀ ਬੰਦਾ ਜਿਹੜਾ ਕੰਮ ਕਰਦਾ ਜਾਂ ਕਿਸੇ ਕੋਲ ਹੁਨਰ ਆ ਉਹ ਬੰਦੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਮਤਲਬ ਮੇਰੀ ਮੈਂ ਹਰੇਕ ਇੰਟਰਵਿਊ ਤੇ ਇਹ ਕਹਣਾ ਹਣਾ ਵੀ ਪਲੀਜ਼ ਕਿਸੇ ਬੰਦੇ ਨੂੰ ਜੱਜ ਕਰਨ ਤੋਂ ਪਹਿਲਾਂ ਉਹਨੂੰ ਜਾਣੋ ਪਹਿਲਾਂ ਜਾਂ ਉਹਨੂੰ ਮਿਲੋ ਹਰਾ ਬੀ ਐਮ ਇਹ ਬਿਨਾ ਗੱਲੋਂ ਦੇਖ ਕੇ ਫੋਟੋ ਬੰਦ ਨੂੰ ਆਈ ਕਹਣਾ ਵੀ ਇਹਦੇ ਨੱਤੀਆਂ ਪਈਆਂ ਫੁਕਰਾ ਜਾਂਦੇ ਟੈਟੂ ਬੜਾਏ ਨੇ ਹੁਣ ਟੈਟੂ ਮੈਂ ਆਪਣੇ ਬੇਬਾਪੂ ਦੇ ਬਣਾਇਆ ਮੈਂ ਕਿਹੜਾ ਕੋਈ ਸ਼ੇਰ ਬਣਾਈ ਫਿਰਦਾ ਜਾਂ ਕੁਝ ਹੋਰ ਸੋ ਇਹੀ ਕਹਿਣਾ ਚਾਹਣਾ ਵੀ ਪਲੀਜ਼ ਜੱਜ ਨਾ ਕਰਿਆ ਕਰੋ ਤੇ ਜਦੋਂ ਬੰਦਾ ਹਰਦਾ ਹੈ ਨਾ ਉਦੋਂ ਸਭ ਤੋਂ ਵੱਧ ਸਪੋਰਟ ਕਰਿਆ ਕਰੋ ਕਿਉਂਕਿ ਜਦੋਂ ਜਿਹੜਾ ਬੰਦਾ ਜਿੱਤਦਾ ਉਹਨੂੰ ਤਾਂ ਵਾਹ ਵਾਹ ਹੁੰਦੀ ਉਹ ਆ ਉਹਦੀ ਮਰਦੀ ਵੀ ਆ ਜਦੋਂ ਬੰਦਾ ਹਰਦਾ ਉਦੋਂ ਬੰਦੇ ਨੂੰ ਸਭ ਤੋਂ ਵੱਧ ਸਪੋਰਟ ਦੀ ਲੋੜ ਹੁੰਦੀ ਹੈ ਤੇ ਉਦੋਂ ਆਪਣੇ ਬੰਦੇ ਪੁੱਠਾ ਚੱਲਦੇ ਉਦੋਂ ਬੰਦੇ ਨੂੰ ਗਾਲਾਂ ਕੱਢਦੇ ਵੀ ਇਹ ਹਰ ਗਿਆ ਜੈਨੇ ਸਾਡੀ ਬੇਇੱਜ਼ਤੀ ਕਰਾਤੀ ਇਹ ਉਹ ਜਾਂ ਵਧੀਆ ਨਹੀਂ ਜਦੋਂ ਬੰਦਾ ਹਾਰ ਰਿਹਾ ਹੁੰਦਾ ਉਦੋਂ ਨੂੰ ਹੌਸਲਾ ਦਿਆ ਕਰੋ ਨਾ ਕਿ ਜਦੋਂ ਬੰਦਾ ਜਿੱਤ ਰਿਹਾ ਹੁੰਦਾ ਜਦੋਂ ਜਿੱਤ ਗਿਆ ਉਦੋਂ ਦਾ ਬਣਦੀ ਹੈ ਜੀ ਜੀ ਹਾਂਜੀ ਇਹੀ ਕਹਿਣਾ ਚਾਹਾਂਗਾ ਕਰਨੋਜਲਾ ਬਹੁਤ ਬਹੁਤ ਮਿਹਰਬਾਨੀ ਤੇ ਧੰਨਵਾਦ ਭਾਈ ਜੀ ਥੈਂਕ ਯੂ ਵੈਰੀ ਮੱਚ ਤੁਸੀਂ ਇਹਨੂੰ ਲੈ ਕੇ ਆਏ ਥੈਂਕ ਯੂ ਸਾਨੂੰ ਬੁਲਾਉਣ ਲਈ ਜੀ ਬਹੁਤ ਵਧੀਆ ਲੱਗਾ ਥੈਂਕ ਯੂ ਫਿਰ ਵੀ ਮਿਲਾਂਗੇ ਇਸ ਟਾਈਮ ਮਜ਼ਾਕ ਜ ਹੋਰ ਹੈ ਰੈਡ ਐਸ